ਭਾਜੀ ਤੁਹਾਡੇ ਅਜੇ ਵੀ ਉਹ ਜਿਹੜਾ ਆਉਂਦੇ ਹੁੰਦੇ ਫਰਾਂਸ ਦੀ ਆਰਮੀ ਚ ਹੋ ਜਾਓ ਤੇ ਪੇਪਰ ਮਿਲਦੇ ਅਜੇ ਵੀ ਹੈਗਾ ਕੰਮ ਉਹ ਭਾਜੀ ਹੈਗਾ ਆ ਸਾਡੇ ਇੱਥੇ ਕਿੰਨੇ ਸਾਲ ਨੌਕਰੀ ਕਰਨੀ ਪੈਂਦੀ 3 ਸਾਲ ਕਿ 5 ਸਾਲ ਪਤਾ ਨਹੀਂ ਇਦਾਂ ਭਾਜੀ ਮੈਕਸੀਮਮ ਮੇਰੇ ਹਿਸਾਬ ਨਾਲ 5 ਸਾਲ ਤਾਂ ਤੁਸੀਂ ਮੰਨ ਕੇ ਚੱਲੋ ਨਾ ਕਿ ਨੌਕਰੀ ਕਰਨੀ ਹੀ ਪੈਣੀ ਹੈ ਹਾਂ ਉਹਦੇ ਵਿੱਚ ਮੈਂ ਕਹਿੰਦਾ ਨਾ ਕਿ ਬੰਦਾ ਕੋਈ ਵੀ ਹੈ ਜਿਹੜਾ ਜਿਹਨੇ ਵੀ ਉਹਦੇ ਵਿੱਚ ਜਾਣਾ ਹੈ ਨਾ ਪਹਿਲਾਂ ਫਰਾਂਸ ਦੇ ਵਿੱਚ ਸਪੈਸ਼ਲ ਨਾਮ ਹੈ ਉਹਦੇ ਵਾਸਤੇ ਵੀ ਇੱਥੇ ਕੋਈ ਆਪਣਾ ਰਿਸ਼ਤੇਦਾਰ ਲੱਭ ਲਏ ਜਿਹਦੇ ਕੋਲ ਆ ਕੇ ਵੀ ਬੰਦਾ ਰਵੇ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਬਾਕੀ ਉਹਨਾਂ ਉਹਦੇ ਕੋਲ ਰੱਖ ਕੇ ਫਿਰ ਟਰਾਈ ਮਾਰਨ ਜਾਵੇ ਜੇ ਤਾਂ ਰੱਖ ਲਿਆ ਤਾਂ ਠੀਕ ਹੈ ਨਹੀਂ ਤਾਂ ਫਿਰ ਦਿਹਾੜੇ ਅੱਛਾ ਉਹ ਜਦੋਂ ਇੱਦਾਂ ਫੌਜ 'ਚ ਜਾਂਦੇ ਉਹ ਕਹਿੰਦੇ ਨੇ ਵੀ ਪੇਪਰ ਹੈਗੇ ਤੁਹਾਡੇ ਕੋਲ ਜਾਂ ਇੱਦਾਂ ਉਹ ਨਹੀਂ ਪੁੱਛਦੇ ਉਦੋਂ ਫਿਰ ਇਕੱਲਾ ਭਾਜੀ ਪਾਸਪੋਰਟ ਵੈਲਿਡ ਹੋਣਾ ਚਾਹੀਦਾ ਹੈ ਅੱਛਾ ਤੇ ਹੋਰ ਕੋਈ ਡਾਕੂਮੈਂਟ ਦੀ ਲੋੜ ਨਹੀਂ ਫਿਲਹਾਲ ਉਸ ਤੋਂ ਬਾਅਦ ਜੋ ਤੁਹਾਨੂੰ ਸਿਲੈਕਟ ਕਰ ਲੈਂਦੇ ਆ ਫਿਰ ਤੁਹਾਡਾ ਉਹ ਪੋਸਟਲ ਹੋਇਆ ਹੋਇਆ ਸਾਡਾ ਸਰਟੀਫਿਕੇਟ ਠੀਕ ਹੈ ਬਰਥ ਸਰਟੀਫਿਕੇਟ ਹੋ ਗਿਆ ਤੁਹਾਡਾ ਜੇ ਤੁਸੀਂ ਵਿਆਹੇ ਹੋ ਤਾਂ ਤੁਹਾਡਾ ਮੈਰਿਟ ਸਰਟੀਫਿਕੇਟ ਉਹ ਵੀ ਉਹ ਪੋਸਟਲ ਹੋਇਆ ਹੋਇਆ ਤੇ ਲੈਂਗੁਏਜ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਚਾਹੇ ਤੁਹਾਨੂੰ ਬੋਲੀ ਆਉਂਦੀ ਜਾਂ ਨਹੀਂ ਆਉਂਦੀ ਤੁਸੀਂ ਜੇ ਅਨਪੜ੍ਹ ਵੀ ਹੋ ਅਨਪੜ੍ਹ ਵੀ ਕਹਿੰਦਾ ਮਤਲਬ ਕਈ ਬੰਦੇ ਤੇਜ਼ ਹੁੰਦੇ ਆ ਆਈ ਕਿਊ ਟੈਸਟ ਲੈਂਦੇ ਆ ਨਾ ਇਹ ਜਿੱਦਾਂ ਵੀ ਡੱਬੇ ਦਿੰਦੇ ਆ ਵੀ ਆਹ ਇਹਨੂੰ ਇੱਦਾਂ ਮਿਲਾਉਣਾ ਕਰਨਾ ਆ ਤੇ ਉਹ ਚੀਜ਼ਾਂ ਦੇ ਟੈਸਟ ਦੇ ਵਿੱਚੋਂ ਬੰਦਾ ਜੇ ਪਾਸ ਹੁੰਦਾ ਆ ਤਾਂ ਉਹ ਚੀਜ਼ਾਂ ਦੇਖਦੇ ਆ ਵੀ ਆਈ ਕਿਊ ਲੈਵਲ ਦਾ ਟੈਸਟ ਦਿੰਦੇ ਫਿਰ ਬਰੀਕ ਤੋਂ ਬਰੀਕ ਆਵਾਜ਼ ਸੁਣਾ ਕੇ ਦੇਖਦੇ ਆ ਦੰਦਾਂ ਦਾ ਸਾਰਿਆਂ ਦਾ ਟੈਸਟ ਦੰਦ ਸਾਰੇ ਦੇਖਦੇ ਆ ਵੀ ਦੰਦ ਪੂਰੇ ਹੋਣੇ ਚਾਹੀਦੇ ਆ ਅੱਛਾ ਜਿਹੜੀ ਇਹਨਾਂ ਦੀ ਮੇਨ ਕੁਛ ਪੁਆਇੰਟ ਹੈਗੇ ਆ ਜਿਹਨਾਂ ਦੇ ਵਿੱਚ ਇਹ ਕਹਿੰਦੇ ਕਿ ਬੰਦਾ ਸਾਨੂੰ ਇਹਨਾਂ ਪੁਆਇੰਟਾਂ ਦੇ ਵਿੱਚ ਹੋਣਾ ਹੀ ਚਾਹੀਦਾ ਆ ਦੰਦ ਪੂਰੇ ਕੰਨਾਂ ਤੇ ਹੋ ਗਿਆ ਆ ਤੇ ਇੱਕ ਜਿਹੜੇ ਆ ਕਿ ਡੰਡੇ ਦੇ ਨਾਲ ਲੰਮਕ ਜਿਹੜੇ ਬੀਮ ਕਹਿ ਦਿੰਦੇ ਆ ਬੀਮ ਮਰਵਾ ਕੇ ਦੇਖਦੇ ਆ ਉਹ 15 ਕੁ ਬੀਮ ਜਿਹੜੇ ਆ ਉਹ ਆ ਤੇ ਦੌੜ ਆ ਓਕੇ ਤੇ ਮੈਂ ਕੀਤੀ ਹੋਈ ਆ ਡਿਟੇਲ ਦੇ ਵਿੱਚ ਇਹਦੇ ਬਾਰੇ ਤੇ ਤਨਖਾਹ ਤਾਂ ਹੋਣ ਪਹਿਲੇ ਮਹੀਨੇ ਹੋਏ ਮਿਲਣਾ ਪੈਂਦੀ ਯਾਰ ਹਾਂ ਭਾਜੀ ਪਹਿਲੇ ਮਹੀਨੇ ਹੋਈ 1300 ਯੂਰੋ ਤੋਂ ਜਿਹੜੀ ਆ ਕੇ ਸਟਾਰਟ ਅੱਛਾ ਸਟਾਰਟਿੰਗ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬੇਸਿਕ ਸੈਲਰੀ ਹਾਂ ਜਿਹੜੀ ਮਿਨੀਮਮ ਸੈਲਰੀ ਆ ਮਿਨੀਮਮ ਤੇ ਉਸ ਤੋਂ ਬਾਅਦ ਜੇ ਤੁਸੀਂ ਅੱਗੇ ਦੀ ਅੱਗੇ ਵਿੱਚ ਜੇ ਤੁਸੀਂ ਪੜ੍ਹਨਾ ਵੀ ਚਾਹੁੰਦੇ ਹੋ ਕੋਈ ਕੋਰਸ ਕਰਨਾ ਚਾਹੁੰਦੇ ਹੋ ਉੱਥੇ ਇਹ ਨਹੀਂ ਹੈਗਾ ਕਿ ਤੁਸੀਂ ਇਕੱਲਿਆਂ ਕਿ ਵੀ ਸੋਚ ਲਿਆ ਵੀ ਤੁਹਾਨੂੰ ਜੰਗ ਤੇ ਹੀ ਘੱਲਣਗੇ ਨਹੀਂ ਇਹ ਜੇ ਕੈਟਾਗਰੀਆਂ ਨੇ ਜੇ ਤੁਸੀਂ ਬਿਜਲੀ ਵਾਲੇ ਡਿਪਾਰਟਮੈਂਟ 'ਚ ਜਾਣਾ ਚਾਹੁੰਦੇ ਹੋ ਉੱਧਰ ਵੀ ਜਾ ਸਕਦੇ ਹੋ ਜੇਕਰ ਤੁਸੀਂ ਗੱਡੀਆਂ ਰਿਪੇਅਰ ਵਾਲੇ ਡਿਪਾਰਟਮੈਂਟ 'ਚ ਜਾਣਾ ਚਾਹੁੰਦੇ ਹੋ ਉੱਧਰ ਜਾ ਸਕਦੇ ਹੋ ਕੁਕਿੰਗ ਵਾਲੇ ਡਿਪਾਰਟਮੈਂਟ 'ਚ ਜਾ ਸਕਦੇ ਹੋ ਜੋ ਵੀ ਬਹੁਤ ਆਪਸ਼ਨਾਂ ਨੇ ਇਹਦੇ ਵਿੱਚ ਨਾ ਵੀ ਜੇ ਜਿੱਧਰ ਤੁਹਾਡਾ ਦਿਲ ਕਰਦਾ ਕਿ ਵੀ ਯਾਰ ਆਹ ਮੇਰੇ 'ਚ ਸਕਿੱਲ ਹੈਗੀ ਆ ਮੈਂ ਆਹ ਕਰ ਸਕਦਾ ਹਾਂ ਮੈਨੂੰ ਵਧੀਆ ਲੱਗਦਾ ਆ ਉਸ ਤਰੀਕੇ ਨਾਲ ਫਰਾਂਸ ਪੇਪਰ ਬਣਦਾ ਤੇ ਕੋਈ ਇਹੋ ਹੀ ਇੱਕ ਅੱਧਾ ਸਾਧਨ ਹੋਣਾ ਹੋਰ ਤਾਂ ਨਹੀਂ ਕੋਈ ਉਦਾਂ ਸਸਪੈਂਸ ਪੂਣ ਪ੍ਰੋਗਰਾਮ ਤਾਂ ਕੋਈ ਨਹੀਂ ਹੋਣਾ ਇੰਨੇ ਸਾਲ ਰਹੋ ਹੈਗਾ ਇੱਥੇ ਵੀ ਕੋਈ ਇੰਨੇ ਭਾਜੀ ਇੱਥੇ ਪ੍ਰੋਗਰਾਮ ਹੁਣ ਬਹੁਤ ਮੁੰਡਿਆਂ ਨੂੰ ਪੇਪਰ ਮਿਲੇ ਆ ਫਰਾਂਸ ਦੇ ਨਾ ਅੱਛਾ ਇੱਕ ਤਾਂ ਇੱਥੇ ਜਿਹੜਾ ਜੇ ਤੱਕ ਤੁਸੀਂ ਕਿਸੇ ਦੀ ਵੀ ਕੋਈ ਵੀ ਹੈਲਪ ਨਹੀਂ ਲੈਣੀ ਕਿ ਮੈਂ ਨਾ ਕੋਈ ਰੁਪਈਆ ਨਹੀਂ ਖਰਚਣਾ ਇੱਕ ਵੀ ਉਹਦੇ ਵਾਸਤੇ ਤੁਹਾਨੂੰ 10 ਸਾਲ ਵੇਟ ਕਰਨੀ ਪੈਣੀ ਅੱਛਾ ਜੀ 10 ਸਾਲ ਵੇਟ ਕਰਨੀ ਉਹਦੇ ਵਿੱਚ ਤੁਹਾਡਾ ਟੈਕਸ ਵਾਲੇ ਤੁਹਾਨੂੰ 10 ਪੇਪਰ ਹਰ ਸਾਲ ਦਾ ਇੱਕ ਤੁਹਾਡੇ ਡਾਕਟਰੀ ਕਾਰਡ ਹਰ ਸਾਲ ਦਾ 1 ਸਾਲ ਬਾਅਦ ਉਹ ਰੀਨਿਊ ਹੁੰਦਾ ਆ ਅੱਛਾ ਤੁਹਾਡੀ ਜਿਹੜੀ ਟਿਕਟ ਆ ਉਹ ਹੋ ਗਈ ਜਿਹੜੀ ਬੱਸ ਦੀ ਹਰ ਮਹੀਨੇ ਦੀ ਤੁਸੀਂ ਵਿੱਚ ਦੀ ਕਈ ਵਾਰੀ ਗਿਆ ਵੀ ਕਹਿੰਦਾ ਮਤਲਬ ਕਿ ਮਿਨੀਮਮ ਸਾਲ ਦੇ 3 ਪਰੂਫ ਚਾਹੀਦੇ ਆ 10 ਸਾਲ ਪਰੂਫ ਕਰਨ ਵਾਸਤੇ ਟੈਕਸ ਵਾਲਾ ਜਿਹੜਾ ਪੇਪਰ ਆ ਉਹ ਮਸਟ ਆ ਉਹ ਤੁਹਾਡੇ ਕੋਲ ਕੰਟੀਨਿਊ ਹੀ ਚਾਹੀਦਾ ਆ ਉਹ ਪੇਪਰ ਫ੍ਰੀ ਦੇ ਵਿੱਚ ਹੀ ਬਣਦਾ ਆ ਉਹਦਾ ਕੋਈ ਵੀ ਪੈਸਾ ਨਹੀਂ ਹੈਗਾ ਓਕੇ ਤੇ ਪਹਿਲਾਂ ਗਵਰਨਮੈਂਟ ਪੈਸੇ ਦਿੰਦੀ ਹੁੰਦੀ ਸੀਗੀ ਕੱਚਿਆਂ ਬੰਦਿਆਂ ਨੂੰ ਫਿਰ ਬਾਅਦ ਚ ਗਵਰਨਮੈਂਟ ਨੇ ਬੰਦ ਕਰਤੇ ਪਤਾ ਲੱਗ ਗਿਆ ਉਹਨਾਂ ਨੂੰ ਕਿ ਵੀ ਹਾਂ ਇਹ ਬੰਦਾ ਬਿਨਾਂ ਪੇਪਰਾਂ ਤੋਂ ਆ ਤੇ ਸਿਰਫ ਇਹ ਉਦਾਂ ਹੀ ਭਰ ਰਿਹਾ ਪ੍ਰੂਫ ਦੇ ਤੌਰ ਤੇ ਅੱਛਾ ਉਹ ਟੈਕਸ ਨੀਲ ਦਾ ਫਾਈਲ ਕਰ ਦਿੰਦੇ ਹੁਣੇ ਵੀ ਜੀਰੋ ਦਾ ਤੇ ਗਵਰਨਮੈਂਟ ਕਹਿੰਦੇ ਹੁਣੇ ਇਹਨਾਂ ਨੇ ਕੁੱਕ ਮਾਇਆ ਨੇ ਇਹਨਾਂ ਨੂੰ ਪੈਸੇ ਦੋ ਅੱਛਾ ਅੱਛਾ ਉਹ ਚੀਜ਼ ਆ ਤੇ ਉਹ ਬਾਅਦ ਚ ਪਤਾ ਲੱਗ ਗਿਆ ਗਵਰਨਮੈਂਟ ਨੂੰ ਉਹ ਬੰਦ ਕਰਤਾ ਤੇ ਤੁਹਾਨੂੰ ਬੱਸ ਦੀ ਟਿਕਟ ਵੀ ਦੱਸਤੀ ਡਾਕਟਰੀ ਕਾਰਡ ਵੀ ਹੋ ਗਿਆ ਤੇ ਆਹੀ ਤਕਰੀਬਨ ਪ੍ਰੂਫ ਜੇ ਬੰਦੇ ਕੋਲੇ ਹੋਣ ਤੇ ਜਾਂ ਕੋਈ ਮਾੜੀ ਮੋਟੀ ਡਾਕਟਰ ਤੋਂ ਦਵਾਈ ਲੈਂਦਾ ਆ ਵਿੱਚ ਦੀ ਉਹ ਪ੍ਰੂਫ ਹੋ ਗਏ ਜੇਕਰ ਕੋਈ ਬਿੱਲ ਚੱਲਦਾ ਤੁਹਾਡੇ ਨਾਂ ਦੇ ਉੱਪਰ ਬਿਜਲੀ ਦਾ ਹੋ ਗਿਆ ਜਾਂ ਫੋਨ ਦਾ ਹੋ ਗਿਆ ਤੇ ਬਸ ਤੁਸੀਂ ਜਿਹੜਾ 10 ਸਾਲਾਂ ਬਾਅਦ ਵਕੀਲ ਕਰਕੇ ਆਪਣੀ ਫਾਈਲ ਜਿਹੜੀ ਆ ਉਹ ਲਗਾ ਸਕਦੇ ਹੋ ਉਸ ਤੋਂ ਬਾਅਦ ਜੇਕਰ ਤੁਸੀਂ ਕਿਸੇ ਦੀ ਹੈਲਪ ਲੈਣੀ ਆ ਫਿਰ ਤੁਹਾਡੇ ਕੋਲੇ 3 ਸਾਲ ਬਾਅਦ ਤੁਸੀਂ ਫਰਾਂਸ ਦੇ ਪੇਪਰ ਜਮ੍ਹਾਂ ਕਰਾ ਸਕਦੇ ਹੋ ਅੱਛਾ 3 ਸਾਲਾਂ ਦਾ ਉਹਨਾਂ ਦਾ ਪ੍ਰੋਸੈਸ ਇਹ ਆ ਕਿ ਤੁਹਾਡੇ ਕੋਲੇ ਟੈਕਸ ਵਾਲਾ ਪੇਪਰ ਉਹ ਚਾਹੀਦਾ ਆ ਬੱਸ ਦੀ ਟਿਕਟ ਤੇ ਭਰਾਉਂਦੇ ਹੋ ਜਾਂ ਸਾਲ ਦੇ ਵਿੱਚ ਤੁਸੀਂ 3 ਜਾਂ 4 ਵਾਰੀ ਭਰਾ ਲਓ ਵੀ ਜੇ ਤੁਸੀਂ ਕੰਮ ਲਾਗੇ ਕਰਦੇ ਹੋ ਕਿਸੇ ਨੂੰ ਨਹੀਂ ਜ਼ਰੂਰਤ ਹੁੰਦੀ ਟਿਕਟ ਤੇ ਉਹ ਤੁਸੀਂ ਭਰਾ ਸਕਦੇ ਹੋ ਭਲਾ ਹਫ਼ਤੇ ਦੀ ਭਰਾ ਲਓ ਕਿ ਵੀ ਹਾਂ ਯਾਰ ਵੀ ਇੱਕ ਪ੍ਰੂਫ ਬਣਾਉਣ ਦੇ ਵਾਸਤੇ ਡਾਕਟਰੀ ਕਾਰਡ ਹੋ ਗਿਆ ਉਹ ਤੁਹਾਡਾ ਰੀਨਿਊ ਹੋਈ ਜਾਣਾ ਕੰਟੀਨਿਊ
ਤੇ ਇਹਦੇ ਤਿੰਨ ਸਾਲਾਂ ਦੇ ਵਿੱਚ ਜਿਹੜਾ ਮੇਨ ਪੁਆਇੰਟ ਹੈਗਾ ਰੋਲ ਅਦਾ ਕਰਦਾ ਆ ਕਿਸੇ ਬਿਜ਼ਨਸ ਦਾ, ਕਿ ਮੰਨ ਲਓ ਹੁਣ ਮੇਰਾ ਆਪਣਾ ਰੈਸਟੋਰੈਂਟ ਆ ਤੇ ਮੈਂ ਕੋਈ ਬੰਦਾ ਜਿਹੜਾ ਆ ਬਿਨਾਂ ਪੇਪਰਾਂ ਤੋਂ, ਇੱਕ ਉਹਦਾ ਮੈਂ ਟੈਕਸ ਦੇ ਰਿਹਾ ਗੌਰਮੈਂਟ ਨੂੰ 700-800 ਯੂਰੋ ਹਰ ਮਹੀਨੇ ਦਾ, ਬੰਦਾ ਮੇਰੇ ਕੋਲ ਕੰਮ ਕਰ ਰਿਹਾ, ਮੈਂ ਬੰਦੇ ਨਾਲ ਗੱਲ ਕਰ ਲਈ ਕਿ ਤੂੰ ਮੇਰੇ ਕੋਲ ਕੰਮ ਕਰੀ ਆ, ਮੈਂ ਤੇਰਾ ਟੈਕਸ ਦੇਊਂਗਾ, ਤਨਖਾਹ ਤਾਂ ਤੈਨੂੰ ਦੇਣੀ ਦੇਣੀ ਆ ਕਿ ਮੈਨੂੰ ਬੰਦੇ ਦੀ ਜ਼ਰੂਰਤ ਆ, ਇਹਦਾ ਕੱਚੇ ਦਾ ਭਰ ਸਕਦੇ ਆ ਟੈਕਸ। ਓਕੇ ਅੱਛਾ, ਉਹ ਕੋਈ ਤਰੀਕਾ ਮਾੜੀ ਜਿਹੀ ਉਂਗਲ ਟੇਢੀ ਕਰਨੀ ਪੈਂਦੀ ਆ, ਉਸ ਤਰੀਕੇ ਨਾਲ ਭਰ ਸਕਦੇ ਆ। ਤੇ ਜੇ ਕੱਲ ਨੂੰ ਛਾਪਾ ਪੈਂਦਾ ਆ ਕੰਮ ਦੇ ਉੱਪਰ, ਫਿਰ ਉਹਨਾਂ ਨੇ ਇਹ ਨੀ ਦੇਖਣਾ ਕਿ ਬੰਦਾ ਟੈਕਸ ਦਿੰਦਾ ਆ, ਉਦੋਂ ਜੁਰਮਾਨਾ ਪੈਣਾ ਹੀ ਪੈਣਾ, ਉਹ ਬੰਦੇ ਦਾ ਲੱਕ ਆ ਕਿ ਵੀ ਹਾਂ ਜੇ ਨਹੀਂ ਰੇਡ ਪਈ ਕੰਮ ਦੇ ਉੱਪਰ ਜਾਂ ਉਹਦੀ ਛੁੱਟੀ ਸੀਗੀ, ਬਚਾਅ ਹੋ ਗਿਆ ਤੇ ਕਾਫੀ ਹੱਦ ਤੱਕ ਫਿਰ ਵੀ ਬਚਾਅ ਹੋ ਜਾਂਦਾ ਆ। ਓਕੇ, ਤੇ ਉਹਦਾ ਭਾਜੀ ਟੈਕਸ 3 ਸਾਲ ਲਗਾਤਾਰ ਦੇਣਾ ਪੈਣਾ ਆ ਬੰਦੇ ਦਾ, 3 ਸਾਲਾਂ ਬਾਅਦ, ਯਾਨੀ ਕਿ ਕਹਿੰਦਾ ਮਤਲਬ ਕਿ 3 ਸਾਲ ਦੇ ਪਰੂਫ, ਤੇ 12-24, 12-24, 36 ਉਹਦੀਆਂ ਪੇਦੋ ਸਲਿੱਪਾਂ ਹੋ ਗਈਆਂ, ਤੇ 36 ਪੇਦੋ ਸਲਿੱਪਾਂ ਹੋ ਗਈਆਂ, ਤੇ ਉਦੋਂ ਬਾਅਦ ਮਾਲਕ ਦਾ ਕੰਮ ਦਾ ਇੱਕ ਉਹਨੇ ਕੰਟਰੈਕਟ ਬਣਾ ਕੇ ਦੇਣਾ ਹੈ ਜਿਹੜਾ ਕਿ ਉਹ ਦੂਸਰਾ ਹੋਊਗਾ ਅੰਤਰ ਮਹੀਨੇ, ਕਹਿੰਦੇ ਕਿ ਕੋਈ ਸਾਡੇ ਵੀ ਸੇਮ ਹੀ ਆ ਉਹ, ਤੇ ਫਿਰ ਉਹ ਸਾਰਾ ਕੁਛ ਪੇਪਰ ਵੈਰੀਫਾਈ ਕਰਕੇ ਜਿਹੜਾ ਆ ਸਾਲਕ ਦੇ ਵਿੱਚ ਜਿਹੜਾ ਆ ਉਹ ਮਿਲ ਜਾਂਦੇ ਪੇਪਰ। ਤੇ ਨੈਸ਼ਨੈਲਿਟੀ ਇੱਥੇ ਭਾਈ 10 ਸਾਲ ਬਾਅਦ ਹੀ ਆ ਅਪਲਾਈ? ਨੈਸ਼ਨੈਲਿਟੀ ਇੱਥੇ ਭਾਜੀ ਤੁਸੀਂ ਅਪਲਾਈ ਕਰ ਸਕਦੇ ਹੋ ਤਕਰੀਬਨ 7-7 ਸਾਲ ਬਾਅਦ ਕਰ ਸਕਦੇ ਹੋ ਨਾ। ਅੱਛਾ ਠੀਕ ਆ। ਤੇ ਜਿਹੜਾ 10 ਸਾਲਾ ਕਾਰਡ ਆ, 10 ਸਾਲਾ ਕਾਰਡ ਤੁਸੀਂ ਕਰ ਸਕਦੇ ਹੋ 5 ਸਾਲਾਂ ਬਾਅਦ ਅਪਲਾਈ। ਓਕੇ ਓਕੇ, ਤੇ ਉਹਦਾ ਇੱਦਾਂ ਇਹ ਸਿਸਟਮ ਆ। ਆਪਾਂ ਨੇ ਤਾਂ ਰੋਡ ਸਿੱਧਾ ਆ ਜਾਣਾ ਸੀਗਾ ਉੱਥੋਂ ਚੌਂਕ ਤੋਂ, ਉਹ ਆਪਾਂ ਛਾਉਣੀ ਘੁੰਮਣ ਕਰਨ ਗਏ। ਓਕੇ ਓਕੇ, ਤੇ ਤਾਂ ਕਰਕੇ ਆਪਾਂ ਇੱਧਰ ਨਹੀਂ ਆਏ ਆ। ਬਾਕੀ ਉਸ ਤੋਂ ਬਾਅਦ ਆ ਗਿਆ ਫਿਰ ਭਾਜੀ 5 ਸਾਲ ਦਾ ਪ੍ਰੋਸੈਸ। 5 ਸਾਲ ਦੇ ਵਿੱਚ ਸੇਮ ਹੀ ਟੈਕਸ ਵਾਲਾ ਪੇਪਰ, ਜਿਹੜਾ ਬੱਸ ਦੀ ਟਿਕਟ ਹੋ ਗਈ, ਡਾਕਟਰੀ ਕਾਰਡ ਹੋ ਗਿਆ, ਤੇ ਇਹਦੇ ਵਿੱਚ ਜਿਹੜਾ ਕੰਮ ਦਾ ਕੰਟਰੈਕਟ ਉਹੀ ਜਿਹੜਾ ਕਿ ਅਨਟਰਮੀਨੇ ਹੋ ਗਿਆ। ਜਿਹੜੀਆਂ ਪੇਦੋ ਸਲਿੱਪਾਂ ਲੱਗਣੀਆਂ ਨੇ ਇੱਥੇ 8 ਰਹਿ ਜਾਂਦੀਆਂ ਨੇ ਫੁੱਲ। ਅੱਛਾ, ਯਾਨੀ ਕਿ ਜਿਹੜੀਆਂ ਉਹ 36 ਦੀ ਬਜਾਏ 8 ਰਹਿ ਗਈਆਂ। ਕਈ ਵਾਰੀ ਕਿਸੇ ਬੰਦੇ ਕੋਲੇ 5 ਸਾਲਾਂ ਜਦੋਂ ਦੀਆਂ ਮਰਜ਼ੀ ਆਉਣੀਆਂ, ਲੇਟੈਸਟ 8 ਚਾਹੀਦੀਆਂ। ਓਕੇ, ਜੇ ਤੁਹਾਡੇ ਕੋਲ ਪਿਛਲੀਆਂ ਥੋੜੀਆਂ ਵੀ ਹੈਗੀਆਂ, ਤੁਸੀਂ ਅੱਧੇ ਵੀ ਕੰਮ ਕਰਦੇ ਪਏ ਹੋ, ਕਹਿੰਦਾ ਮਤਲਬ ਕਿ ਜੇ 1300 ਤਨਖਾਹ ਆ ਸ਼ੋਅ ਕਰਨੀ ਆ ਪੇਦੋ ਸਲਿੱਪ ਦੇ ਵਿੱਚ, ਜੇ ਕਹਿੰਦੇ ਕਿ ਯਾਰ ਮੈਂ 900 ਕਰ ਲਵਾਂ, ਵੀ ਟੈਕਸ ਮਾਲਕ ਕਹਿੰਦਾ ਕਿ ਮੈਨੂੰ ਘੱਟ ਪਊਗਾ। ਹਾਂ ਓਕੇ ਓਕੇ, ਐਸਟੀਮੇਟ ਕਰ ਲੈਨੇ ਆ, ਤੇ ਬੰਦਾ ਕਹਿੰਦਾ ਕਿ ਤੇਰੀਆਂ ਮੈਂ ਲਾਸਟ ਵਾਲੀਆਂ ਜਿਹੜੀਆਂ 3 ਜਾਂ 4 ਹੋਈਆਂ ਉਹ ਮੈਂ ਕਰ ਦੂੰਗਾ। ਓਕੇ ਓਕੇ, ਵੀ ਤੇਰੇ ਪੇਪਰ ਲਾ ਦਿੰਦੇ। ਯਾਨੀ ਕਿ ਇੱਦਾਂ 5 ਸਾਲ ਦੇ ਪਰੂਫ ਦੇ ਉੱਪਰ ਵੀ ਕਈ ਕਰੀ ਜਾਂਦੇ ਆ, 3 ਸਾਲ ਦੇ ਵੀ ਕਰੀ ਜਾਂਦੇ ਆ, ਤੇ ਉਹਦੇ ਤੇ ਵੀ ਕਰੀ ਜਾਂਦੇ ਆ ਆਪਣਾ 10 ਸਾਲ ਦੇ ਬੇਸ 10 ਸਾਲ ਦੇ ਆ। ਸੋ 3 ਸਾਲ 5 ਸਾਲ ਜਾਂ 10 ਸਾਲ ਤੋਂ ਤਿੰਨਾਂ ਦੱਸਦਾ ਹਾਂ। ਜਾਂ ਤੁਸੀਂ ਜੇਕਰ ਤੁਹਾਨੂੰ ਕੋਈ ਕੁੜੀ ਲੱਭ ਜਾਂਦੀ ਆ, ਤੁਸੀਂ ਨਾਲ ਰਹਿ ਕੇ ਲਿਵਿੰਗ ਇਨ ਰਿਲੇਸ਼ਨਸ਼ਿਪ ਦੇ ਤੌਰ ਤੇ ਵੀ ਪੇਪਰ ਲੈ ਸਕਦੇ ਹੋ, ਉਹ ਵੀ ਤਕਰੀਬਨ 2-2.5 ਸਾਲ ਦਾ ਪ੍ਰੋਸੈਸ ਹੈਗਾ ਆ। ਓਕੇ, ਉਹਦੇ ਵਿੱਚ ਇਹ ਆ ਕਿ ਉਹ ਕਿਸੇ ਵਕਤ ਵੀ ਰੇਡ ਮਾਰ ਸਕਦੇ ਆ, ਚੈੱਕ ਕਰ ਸਕਦੇ ਕਿ ਵਾਕਈ ਬੰਦਾ ਇਕੱਠੇ ਰਹਿ ਰਿਹਾ ਕਿ ਨਹੀਂ, ਰਹਿ ਰਹੇ ਆ ਕਿ ਨਹੀਂ ਰਹਿ ਰਹੇ। ਜਿੱਦਾਂ ਤੁਹਾਡੇ ਸਪੇਨ ਦੇ ਵਿੱਚ ਨੀ ਕਹਿੰਦੇ ਵਿਆਹ ਵਾਲਿਆਂ ਤੇ ਛਾਪੇ ਚੱਲਦੇ ਆ, ਵਿਆਹ ਵਾਲਿਆਂ ਨੂੰ ਚੈੱਕ ਚੁੱਕ ਕਰਦੇ ਆ, ਇਦਾਂ ਹੀ ਸਿਸਟਮ ਇੱਥੇ ਆ। ਬਾਕੀ ਆਪਣਾ ਇਹ ਆ ਕਿ ਜਿਹਨੂੰ ਫਰਾਂਸ ਦੇ ਪੇਪਰ ਸੌਖੇ ਮਿਲ ਜਾਂਦੇ ਆ ਨਾ, ਮੈਂ ਇੱਕ ਗੱਲ ਦੇਖੀ ਆ, ਉਹ ਬੰਦਾ ਫਰਾਂਸ ਦੇ ਪੇਪਰਾਂ ਦੀ ਕਦਰ ਨਹੀਂ ਜਾਣਦਾ। ਅੱਛਾ ਜੀ। ਹਾਂ, ਮੈਂ ਉਹ ਬੰਦੇ ਜਿਹੜੇ ਆ ਉਹ ਬੰਦੇ ਬੇਕਦਰੇ, ਜਿੱਦਾਂ ਨੇ ਜਿਹਨਾਂ ਹੁਣ ਮੈਨੂੰ ਕਿੰਨੇ ਸਾਲ ਬਾਅਦ ਮਿਲੇ ਸੀ ਪੇਪਰ, ਮੈਨੂੰ ਮਿਲੇ ਸੀ ਪੇਪਰ 12 ਸਾਲਾਂ ਬਾਅਦ ਪੇਪਰ ਮਿਲੇ ਸੀਗੇ। 12 ਸਾਲਾਂ ਬਾਅਦ ਮੈਂ ਇੰਡੀਆ ਗਿਆ ਸੀਗਾ, ਤੇ ਨਿਆਣੇ ਨਿੱਕੇ ਨਿੱਕੇ ਵੱਡੇ ਵੱਡੇ ਹੋ ਗਏ ਸੀਗੇ, ਅਦੇ ਤਾਂ ਮੈਨੂੰ ਪਛਾਣ ਨਹੀਂ ਆਈ ਸੀਗੀ, ਤੇ ਮੈਨੂੰ ਪਤਾ ਵੈਲਿਊ ਪੇਪਰਾਂ ਦੀ, ਵੀ ਸਿਸਟਮ ਕੀ ਆ ਕਿ ਵੀ 12 ਸਾਲ ਸਿਰ ਸੁੱਟ ਕੇ ਕੰਮ ਕੀਤਾ ਕਿ ਵੀ ਕੋਈ ਗੱਲ ਨਹੀਂ। ਪਰ ਇੱਕ ਚੀਜ਼ ਸੀਗੀ, ਜੇ ਪੇਪਰ ਲੈਣੇ ਆ ਤਾਂ ਫਰਾਂਸ ਦੇ ਲੈਣੇ ਆ, ਨਹੀਂ ਕਿਤੇ ਨਹੀਂ ਲੈਣੇ। ਨਹੀਂ, ਇਹ ਤਾਂ ਇਹ ਗੱਲ ਮੈਂ ਸਹੀ ਕਹਿੰਦਾ, ਬੰਦੇ ਦਾ ਜਿੱਥੇ ਪਹਿਲੇ ਸਾਲ ਕੁਝ ਗੁਜ਼ਾਰਦੇ ਨਾ, ਬੰਦੇ ਤਾਂ ਬਾਅਦ 'ਚ ਹੋਰ ਕਿਤੇ ਜਾ ਕੇ ਜੀ ਨਹੀਂ ਲੱਗਦਾ, ਹੋਰ ਉਹ ਕੰਟਰੀ ਦਾ ਸਿਸਟਮ ਨਹੀਂ ਇਹਨੂੰ ਵਧੀਆ ਲੱਗਦਾ ਹੁੰਦਾ। ਆਸਟ੍ਰੇਲੀਆ ਗੱਲ ਕੀਤੀ ਸੀਗੀ, ਕੋਈ ਬੰਦਾ ਉਦੋਂ ਗੇਮ ਵੀ ਚੱਲਦੀ ਆਸਟ੍ਰੇਲੀਆ ਵਿਆਹ ਵਾਲੀ, ਬੰਦਾ ਕਹਿੰਦਾ ਯਾਦ ਆ ਤੈਨੂੰ, ਮੈਂ ਦੱਸਾਂ 15 ਦਿਨਾਂ ਦੇ ਵਿੱਚ ਹੀ ਤੈਨੂੰ ਪੇਪਰ ਦਵਾ ਦਿੰਦਾ ਆ। ਪਰ ਫਿਰ ਮੈਂ ਗਾਂਹ ਫਿਊਚਰ ਸੋਚਿਆ, ਮੈਂ ਕਿਹਾ ਜੇ ਮੈਂ ਪੈਸੇ ਅੱਜ ਖਰਾਬ ਕਰਦਾ ਨਾ ਇੱਥੇ ਇਹਦੇ ਵਿਆਹ ਵਾਲੇ ਚੱਕਰ ਦੇ ਵਿੱਚ, ਉਹਦੇ ਫਿਰ ਨੈਗੇਟਿਵ ਪੁਆਇੰਟ ਵੀ ਦੇਖੇਗੇ ਵੀ ਜੇ ਕੁੜੀ ਕੱਲ੍ਹ ਨੂੰ ਨਾ ਮਿਲੀ ਤਲਾਕ ਵਾਲੀ ਤੇ ਪੇਪਰ ਖਰਾਬ ਹੋ ਜਾਣਗੇ, ਕਰੀ ਇੰਡੀਆ ਤਾਂ ਮੈਂ ਜਾ ਆਊਂਗਾ। ਤੇ ਫਿਰ ਮੈਂ ਕਿਹਾ ਵੀ ਨਹੀਂ ਵੀ ਸਿਸਟਮ, ਬਾਕੀ ਭਾਜੀ ਜਿੱਥੇ ਬੰਦਾ ਰਹਿੰਦਾ ਹੋਵੇ ਉਹ ਵੀ ਤੁਹਾਡੀ ਗੱਲ ਸਹੀ ਆ, ਮੇਨ
ਉੱਥੇ ਹੀ ਬੰਦਾ ਕਹਿੰਦਾ ਕਿ ਬਣ ਜਾਣ ਪੇਪਰ ਤੇ ਵਧੀਆ ਗੱਲ ਆ ਕਿਸੇ ਪਾਸੇ ਨਾ ਹੀ ਜਾਣਾ ਪਵੇ ਨਹੀਂ ਨਹੀਂ ਵਧੀਆ ਮੁਲਕ ਆ ਫਰਾਂਸ ਪੈਸੇ ਵਧੀਆ ਬਣਦੇ ਆ ਕੰਮ ਵਾਧੂ ਇੱਥੇ ਹਨਾ ਸੋ ਕੋਈ ਸ਼ੋਰਟੇਜ ਨਹੀਂ ਕੰਮ ਦੀ ਕੋਈ ਬੰਦਾ ਭਾਜੀ ਮਿਹਨਤੀ ਹੋਵੇ ਨਾ ਬੰਦਾ ਮਿਹਨਤੀ ਹੋਵੇ ਹੁਣ ਕਈ ਦੁਬਈ ਵਰਗੇ ਮੁਲਕਾਂ ਦੇ ਵਿੱਚ ਵੀ ਮੁੰਡੇ ਲੱਖ ਲੱਖ ਡੇਢ ਡੇਢ ਲੱਖ ਰੁਪਇਆ ਕਮਾਈ ਜਾਂਦੇ ਉਹ ਕਹਿੰਦੇ ਅਸੀਂ ਢੂਹੀ ਨਹੀਂ ਮਾਰਦੇ ਯੂਰਪ ਦੀ ਭਾਜੀ ਯੂਰਪ ਹੁਣ ਮੇਰੇ ਨਾਲ ਇੱਕ ਮੁੰਡਾ ਨੌਂ ਆ ਮੇਰਾ ਭਾਜੀ ਦੋ ਲੱਖ ਪਲੱਸ ਲੈਂਦਾ ਗੱਡੀ ਵੀ ਕੰਪਨੀ ਦੀ ਰਹਿਣ ਸਹਿਣ ਵੀ ਕੰਪਨੀ ਦਾ ਹਨਾ ਇੰਜੀਨੀਅਰ ਆ ਤੇ ਉਹ ਬੰਦਾ ਵੀ ਉਹ ਕਹਿੰਦਾ ਵੀ ਯਾਰ ਉਹ ਪਿੱਛੇ ਜੇ ਉਹਨੇ ਆਨਲਾਈਨ ਹੀ ਇੱਦਾਂ ਹੀ ਆਪਣੀ ਪੜ੍ਹਾਈ ਦੇ ਸਿਰ 'ਤੇ ਪੁਆਇੰਟ ਸਿਸਟਮ ਜਿਹਦਾ ਉਹਨੇ ਕੈਨੇਡਾ ਦਾ ਅਪਲਾਈ ਕੀਤਾ ਸੀ ਅਤੇ ਉਹਦੇ ਆ ਗਏ ਪੇਪਰ ਹਨਾ ਅਤੇ ਉਹ ਪਰ ਕਹਿੰਦੇ ਮੈਂ ਰਹਿਣਾ ਨਹੀਂ ਉੱਥੇ ਕਹਿੰਦਾ ਰਹਿਣਾ ਮੈਂ ਦੁਬਈ ਹੈ ਹਾਂ ਵੀ ਮੈਨੂੰ ਅਗਲੇ ਨੂੰ ਉੱਥੇ ਕੁਆਲਿਟੀ ਆਫ ਲਾਈਫ ਬੰਦੇ ਉਹ ਗੇਜ ਵੀ ਪੈ ਜਾਂਦੀ ਨਾ ਚੱਕਰ ਇਹ ਹੈ ਭਾਜੀ ਹਾਂ ਬਾਕੀ ਹਾਂ ਮਾਇੰਡ ਸੈੱਟ ਹੁੰਦਾ ਵਾ ਕਈਆਂ ਨੂੰ ਲੱਗਦਾ ਵੀ ਤਰੱਕੀ ਵੀ ਸ਼ਾਇਦ ਵੀ ਇਹ ਜਗ੍ਹਾ 'ਚ ਨੁਕਸ ਆ ਕਈ ਵਾਰੀ ਬੰਦੇ 'ਚ ਖੁਦ 'ਚ ਵੀ ਨੁਕਸ ਹੁੰਦੇ ਆ ਹਾਂ ਬੰਦਾ ਜਗ੍ਹਾ ਨੂੰ ਕੋਸਦਾ ਰਹਿ ਜਾਂਦਾ ਹਾਂਜੀ ਬਾਕੀ ਬੰਦਾ ਭਾਜੀ ਕੋਈ ਵੀ ਜੇਕਰ ਇੰਡੀਆ ਤੋਂ ਬੰਦੇ ਨੇ ਧਾਰ ਹੀ ਲਿਆ ਨਾ ਕਿ ਵੀ ਮੈਂ ਜਾਣਾ ਆ ਹੁਣ ਮੈਂ ਤਕਰੀਬਨ ਮੇਰੀ ਭਾਜੀ ਉਮਰ ਸੀਗੀ ਜਦੋਂ ਮੈਂ ਆਇਆ ਬਾਹਰ 15 ਸਾਲ ਮੇਰੀ ਉਮਰ ਸੀਗੀ ਉਦੋਂ ਕਿਉਂ ਨੀ ਪੇਪਰ ਲਏ ਤੁਸੀਂ ਉਹ 18 ਵਾਲੇ ਜਿਹੜੇ ਅੰਡਰ ਏਜ ਵਾਲੇ ਉਦੋਂ ਭਾਜੀ ਕੋਈ ਬੰਦਾ ਜਾਣਕਾਰੀ ਵਾਲਾ ਹੈ ਨਹੀਂ ਕਹਿੰਦੇ ਕਿਹਾ ਦੱਸਿਆ ਨਹੀਂ ਗਾ ਕਿ ਵੀ ਹਾਂ ਵੀ ਆਹ ਪ੍ਰੋਸੈਸ ਚੱਲਦਾ ਪਿਆ ਆ ਵੀ ਲੈ ਲਾ ਪਰ ਮੈਂ ਉਹ ਚੀਜ਼ ਮੈਂ ਦੇਖੀ ਹੈ ਭਾਜੀ ਜੇ ਮੈਂ ਉਹ ਪੇਪਰ ਲੈ ਲੈਂਦਾ ਨਾ ਮੇਰੇ ਕੋਲ ਅਜੇ ਫਰਾਂਸ ਦਾ ਪਾਸਪੋਰਟ ਜਿਹੜਾ ਕਿ ਜ਼ਰੂਰ ਹੋਣਾ ਸੀਗਾ ਉਦੋਂ 3 ਸਾਲਾਂ ਬਾਅਦ ਹੀ ਮਿਲ ਜਾਣਾ ਪਾਸਪੋਰਟ ਪਰ ਮੈਨੂੰ ਕਦਰ ਨਹੀਂ ਹੋਣਾ ਉਹ ਇਹ ਮੈਂ ਵੀ ਵੇਖੀ ਜਿਹੜੇ ਆਉਂਦੇ ਨਾ 18 ਤੋਂ ਥੱਲੇ ਹਾਂਜੀ ਉਹ ਸੇਮ ਹੀ ਉੱਥੇ ਸਪੇਨ 'ਚ ਵੀ ਦੇ ਦਿੰਦੇ ਪੇਪਰ ਉਹਨਾਂ ਨੂੰ ਕੋਰਸ ਕਾਰਸ ਵੀ ਕਰਵਾਉਂਦੇ ਵੀ ਅਸੀਂ ਇਹਨਾਂ ਨੂੰ ਕੰਮਾਂ ਕਾਰਾਂ 'ਤੇ ਲੱਗਣਾ ਯੋਗਾ ਕਰ ਦਿੰਦੇ ਹਾਂ ਅਤੇ ਉਹ ਮੈਂ ਉਹ ਵੀ ਵੇਖਿਆ ਉਹ ਮੁੰਡੇ ਵਿਗੜੇ ਹੁੰਦੇ ਬਾਅਦ 'ਚ ਪੂਰੇ ਕਿਉਂਕਿ ਉਹਨਾਂ ਨੂੰ ਆਉਂਦਿਆਂ ਨਹੀਂ ਉਹ ਆਉਂਦੇ ਉਹ ਛੋਟੀ ਏਜ ਦੇ ਵਿੱਚ ਗੋਰਿਆਂ ਗਾਰਿਆਂ ਦੀ ਕੰਪਨੀ ਕਰ ਲੈਂਦੇ ਸਕੂਲ ਦੇ ਵਿੱਚ ਹਨਾ ਵੀ ਉਹੋ ਜਿਹੇ ਉਹ ਸਕੂਲਾਂ ਦੇ ਵਿੱਚ ਜੋ ਕੁਛ ਸਾਲੇ ਨਸ਼ੇ ਪੱਤੇ ਚੱਲਦੇ ਆ ਉਹ ਸੇਮ ਹੀ ਉਹ ਉੱਧਰ ਉਹਨਾਂ ਦਾ ਉਹੋ ਜਿਹੇ ਹੋ ਜਾਂਦੇ ਉਹ ਅਤੇ ਇੱਕ ਉਮਰ ਇੱਦਾਂ ਦੀ ਹੁੰਦੀ ਆ ਉਦੋਂ ਨਹੀਂ ਸਮਝ ਹੁੰਦੀ ਬੰਦੇ ਨੂੰ ਲੱਗਦਾ ਹੁੰਦਾ ਵੀ ਮੈਂ ਇੰਨਾ ਅਰਗਾ ਬਣਾ ਜੋ ਕੰਮ ਇਹ ਕਰਦੇ ਆ ਵੀ ਮੈਂ ਵੀ ਸ਼ਾਇਦ ਗੋਰਾ ਹੀ ਆਉਣਾ ਉਹ ਉਹਨਾਂ ਦੀ ਰੀਸੋ ਰੀਸ ਅੜ ਜਾਂਦੇ ਆ ਚੱਕਰ ਪੈ ਜਾਂਦਾ ਗਾਵਾਂ ਚੱਲ ਰਹੀਆਂ ਜੇ ਹੈ